ਪੁਰਾਤਨ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਆਪਣੇ ਨਾਲ ਮਹਾਂਪੁਰਸ਼ਾਂ ਨੂੰ ਰੱਖਿਆ ਕਰਦੇ ਸੀ, ਸਾਧੂ ਮਹਾਤਮਾ ਨੂੰ, ਜਿਨ੍ਹਾਂ ਤੋਂ ਸਮੇਂ ਸਮੇਂ 'ਤੇ ਉਹ ਕੋਈ ਨਾ ਕੋਈ ਜਾਣਕਾਰੀ ਲੈਂਦੇ ਸੀ। ਇਸੇ ਤਰ੍ਹਾਂ ਇੱਕ ਰਾਜੇ ਨੇ ਮਹਾਂਪੁਰਸ਼ਾਂ ਨੂੰ ਸਵਾਲ ਕੀਤਾ ਕਿ ਮਹਾਂਪੁਰਸ਼ੋ, ਜਿਹੜਾ ਰੱਬ ਹੈ ਉਹ ਆਪਣੇ ਭਗਤਾਂ ਨਾਲ ਕਿੰਨਾ ਕੁ ਪਿਆਰ ਕਰਦਾ। ਮਹਾਂਪੁਰਸ਼ਾਂ ਨੇ ਆਖਿਆ, ਰਾਜਨ ਪਿਆਰ ਦੀ ਗੱਲ ਕੀ ਕਰਦਾ ਹੈ, ਜਦੋਂ ਕੋਈ ਭਗਤਾਂ 'ਤੇ ਭੀੜ ਪੈਂਦੀ ਹੈ, ਰੱਬ ਪੈਰੀ ਜੁੱਤੀ ਵੀ ਨਹੀਂ ਪਾਉਂਦਾ ਅਤੇ ਭਗਤਾਂ ਦੀ ਮਦਦ ਕਰਨ ਵਾਸਤੇ ਭੱਜਾ ਆਉਂਦਾ। ਰਾਜਾ ਕਹਿੰਦਾ, ਮਹਾਂਪੁਰਸ਼ੋ ਕੋਈ ਗੱਲ ਬਣੀ ਨਹੀਂ, ਤੁਸੀਂ ਕਹਿੰਦੇ ਕਿ ਰੱਬ ਭਗਤਾਂ ਦੀ ਮਦਦ ਕਰਨ ਲਈ ਭੱਜਾ ਆਉਂਦਾ, ਪੈਰੀ ਜੁੱਤੀ ਵੀ ਨਹੀਂ ਪਾਉਂਦਾ। ਵੈਸੇ ਤਾਂ ਰੱਬ ਦੇ ਜਿਹੜੇ ਅਹਿਲਕਾਰ ਹੈ, ਰੱਬ ਦੇ ਕੰਮ ਕਰਨ ਵਾਲੇ ਬੜੇ ਹੁੰਦੇ ਆ, ਉਹਨਾਂ ਨੂੰ ਭੇਜ ਸਕਦਾ, ਆਪ ਕਿਉਂ ਹੁੰਦਾ? ਕਿਉਂਕਿ ਮੈਨੂੰ ਕੋਈ ਕੰਮ ਹੋਵੇ, ਮੇਰੇ ਜਿਹੜੇ ਕਰਿੰਦੇ ਨੇ, ਮੇਰੇ ਕੰਮ ਕਰਨ ਵਾਲੇ ਨੇ, ਉਹ ਕੰਮ ਕਰਦੇ ਨੇ। ਮਹਾਂਪੁਰਸ਼ ਕਹਿੰਦੇ, ਰਾਜਨ, ਰੱਬ ਆਪਣੇ ਭਗਤਾਂ ਨਾਲ ਪਿਆਰ ਇਵੇਂ ਕਰਦਾ ਜਿੱਦਾਂ ਮਾਂ ਪਿਓ ਆਪਣੇ ਬੱਚਿਆਂ ਨਾਲ ਪਿਆਰ ਕਰਦਾ, ਉਦੋਂ ਤੋਂ ਵੀ ਕਿਤੇ ਜ਼ਿਆਦਾ ਆਪਣੇ ਭਗਤਾਂ ਨਾਲ ਪਿਆਰ ਕਰਦਾ। ਇਸ ਕਰਕੇ ਜਦੋਂ ਭਗਤ 'ਤੇ ਕੋਈ ਭੀੜ ਪੈ ਜਾਵੇ ਨਾ, ਰੱਬ ਕਿਸੇ ਹੋਰ ਦਾ ਇੰਤਜ਼ਾਰ ਨਹੀਂ ਕਰਦਾ, ਆਪ ਹੀ ਭੱਜਾ ਹੁੰਦਾ। ਰਾਜਾ ਕਹਿੰਦਾ, ਮਹਾਂਪੁਰਸ਼ੋ ਯਕੀਨ ਨਹੀਂ ਆ। ਅਤੇ ਗੁਰਬਾਣੀ ਕਹਿੰਦੀ ਆ, ਮਾਏ ਮੂਡੋ ਅਤੇ ਇਸ ਗੁਰੂ ਕੀ ਜਾਂ ਅਤੇ ਭਰਮ ਨਾ ਜਾਏ। ਜਿਹੜੇ ਗੁਰੂ ਤੋਂ ਭਰਮ ਨਾ ਜਾਵੇ, ਉਹਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ। ਉਹ ਮਹਾਂਪੁਰਸ਼ ਕਹਿੰਦੇ ਕਿ ਰਾਜਨ, ਕੱਲ੍ਹ ਨੂੰ ਤੇਰੇ ਸਵਾਲ ਦਾ ਜਵਾਬ ਚੰਗੀ ਤਰ੍ਹਾਂ ਦੇਵਾਂਗੇ, ਤੈਨੂੰ ਯਕੀਨ ਆਵੇਗਾ, ਤੇਰੀ ਤਸੱਲੀ ਹੋਵੇਗੀ। ਪਰ ਕੱਲ੍ਹ ਨੂੰ ਇੱਦਾਂ ਕਰੀ, ਆਪਣਾ ਦਰਬਾਰ ਜਿਹੜਾ ਉਹ ਤਲਾਅ ਦੇ ਕੰਢੇ 'ਤੇ ਸਜਾ ਲਵੀਂ। ਸੱਤ ਵਚਨ ਕਿਹਾ, ਅਗਲੇ ਦਿਨ ਜਿਹੜਾ ਤਲਾਬ ਜਿਹੜਾ ਸੀ ਉੱਥੇ ਬਣਿਆ ਉਹਨਾਂ ਦੇ ਰਾਜ ਵਿੱਚ, ਉਹਦੇ ਲਾਗੇ ਹੀ ਜਿਹੜਾ ਦਰਬਾਰ ਸਜਾ ਲਿਆ। ਮਹਾਂਪੁਰਸ਼ ਆ ਗਏ ਦਰਬਾਰ 'ਚ। ਉਸ ਤੋਂ ਪਹਿਲਾਂ ਰਾਜੇ ਦਾ ਛੋਟਾ ਜਿਹਾ ਬੱਚਾ ਸੀ, ਅਤੇ ਜਿਹੜੀ ਗੋਲੀ ਉਹਦੀ ਦੇਖ ਰੇਖ ਕਰਦੀ ਸੀ, ਉਸ ਨੂੰ ਮਹਾਂਪੁਰਸ਼ਾਂ ਨੇ ਇੱਕ ਪੁਤਲਾ ਦਿੱਤਾ ਬੱਚੇ ਦੇ ਮੇਜ਼ ਦਾ ਹੀ। ਉਹਨੂੰ ਆਖਿਆ ਕਿ ਇਸ ਬੱਚੇ ਦੇ ਕੱਪੜੇ ਪਾ ਕੇ, ਇਸ ਪੁਤਲੇ ਨੂੰ ਆਪਣੇ ਕੁਛੜ ਲਾ ਕੇ, ਮੋਢੇ ਨਾਲ ਲਾ ਕੇ, ਢੱਕ ਕੇ ਲੈ ਕੇ ਆਉਣਾ, ਕਿਸੇ ਨੂੰ ਪਤਾ ਨਾ ਲੱਗੇ। ਉਹਨੇ ਇਸ ਤਰ੍ਹਾਂ ਕੀਤਾ। ਜਦੋਂ ਦਰਬਾਰ ਸੱਜਿਆ ਸੀ, ਮਹਾਂਪੁਰਸ਼ ਬੈਠੇ, ਗੱਲਾਂ ਬਾਤਾਂ ਚੱਲਣ ਦੀਆਂ, ਉਨੇ ਚਿਰ ਨੂੰ ਉਹ ਜਿਹੜੀ ਕੰਮ ਕਰਨ ਵਾਲੀ ਸੀ, ਜਿਹੜੀ ਬੱਚਾ ਖੜਾਉਂਦੀ ਸੀ, ਖਡਾਵੀ, ਉਹ ਲੈ ਕੇ ਆ ਗਈ। ਮਹਾਂਪੁਰਸ਼ ਉੱਠ ਕੇ ਅੱਗੇ ਹੋ ਗਏ ਕਿ ਜੇ ਇੱਥੇ ਆ ਗਈ ਤਾਂ ਪਤਾ ਲੱਗ ਜਾਣਾ ਪੁਤਲਾ। ਅੱਗੋਂ ਹੀ ਉਹਨੂੰ ਪੁਤਲੇ ਨੂੰ ਫੜ ਲਿਆ ਅਤੇ ਉਹਦੇ ਨਾਲ ਖੇਡਣ ਲੱਗ ਪਏ। ਅਤੇ ਉਹਨਾਂ ਨੂੰ ਸਾਰਿਆਂ ਨੂੰ ਲੱਗਾ ਕਿ ਰਾਜੇ ਦਾ ਬੱਚਾ, ਰਾਜੇ ਨੂੰ ਵੀ ਲੱਗਾ ਕਿ ਮੇਰਾ ਬੱਚਾ ਮਹਾਂਪੁਰਸ਼ਾਂ ਨੇ ਚੁੱਕਿਆ। ਬੜੇ ਖੁਸ਼ ਹੋਏ। ਉਹ ਮਹਾਂਪੁਰਸ਼ ਜਿਹੜੇ ਸਰੋਵਰ ਦੇ ਕੰਢੇ ਕੰਢੇ ਉਹਨੂੰ ਖੜਾਉਂਦੇ ਫਿਰਨ, ਅਤੇ ਸਾਰਿਆਂ ਦਾ ਧਿਆਨ ਮਹਾਂਪੁਰਸ਼ਾਂ ਵਿੱਚ, ਰਾਜੇ ਦਾ ਧਿਆਨ ਵੀ ਉਸ ਬੱਚੇ ਵਿੱਚ ਅਤੇ ਮਹਾਂਪੁਰਸ਼ਾਂ ਵਿੱਚ ਕਿ ਮੇਰੇ ਬੱਚੇ ਦੇ ਕਿੰਨੇ ਚੰਗੇ ਭਾਗ ਨੇ, ਮਹਾਂਪੁਰਸ਼ ਇਹਦੇ ਨਾਲ ਪਿਆਰ ਕਰ ਰਹੇ ਨੇ। ਜਦੋਂ ਮਹਾਂਪੁਰਸ਼ਾਂ ਨੇ ਵੇਖਿਆ ਕਿ ਰਾਜਾ ਬਿਲਕੁਲ ਟਿਕ ਟਿਕੀ ਲਾ ਕੇ ਬੱਚੇ ਨੂੰ ਅਤੇ ਮੈਨੂੰ ਵੇਖ ਰਿਹਾ, ਮਹਾਂਪੁਰਸ਼ਾਂ ਨੇ ਉਹ ਪੁਤਲਾ ਜਿਹੜਾ ਪਾਣੀ ਵਿੱਚ ਸੁੱਟ ਦਿੱਤਾ ਸਰੋਵਰ ਵਿੱਚ। ਜਦੋਂ ਪੁਤਲਾ ਪਾਣੀ 'ਚ ਸੁੱਟਿਆ ਤਾਂ ਰਾਜੇ ਨੂੰ ਤਾਂ ਇਹੀ ਕਿ ਮੇਰਾ ਬੱਚਾ ਵਾ। ਰਾਜਾ ਬੈਠਾ ਸੀ ਸਿੰਘਾਸਨ 'ਤੇ ਅਤੇ ਇੱਕਦਮ ਭੱਜਾ ਆਇਆ ਅਤੇ ਆਣ ਕੇ ਅਤੇ ਉਹਦੇ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ। ਉਹ ਪੁਤਲਾ ਫੜਿਆ ਤਾਂ ਪੁਤਲਾ ਸੀ, ਸ਼ਰਮਿੰਦਾ ਵੀ ਹੋਇਆ। ਅਤੇ ਮਹਾਂਪੁਰਸ਼ ਕਹਿੰਦੇ, ਰਾਜੇ ਨੂੰ ਕੀ ਗੱਲ ਹੋਈ, ਭੱਜਾ ਆਇਆ? ਉਹ ਕਹਿੰਦਾ, ਮਹਾਂਪੁਰਸ਼ ਮੈਨੂੰ ਲੱਗਾ ਕਿ ਤੁਸੀਂ ਮੇਰੇ ਬੱਚੇ ਨੂੰ ਪਾਣੀ ਵਿੱਚ ਛੁੱਟ ਦਿੱਤਾ ਅਤੇ ਮੇਰੀ ਕੋਲ ਦਾ ਦੀਪਕ ਸੀ। ਤਾਂ ਮਹਾਂਪੁਰਸ਼ ਕਹਿੰਦੇ, ਠੀਕ ਹੈ, ਤੈਨੂੰ ਲੱਗਾ, ਪਰ ਤੂੰ ਆਪਣੇ ਬੰਦਿਆਂ ਨੂੰ ਕਿਉਂ ਨਾ ਘੱਲਿਆ? ਤੂੰ ਕਿਉਂ ਆਇਆ? ਤੇਰੇ ਬਸਤਰ ਵੀ ਖਰਾਬ ਹੋ ਗਏ, ਇੰਨੇ ਮਹਿੰਗੇ ਸੀ। ਉਹ ਕਹਿੰਦਾ, ਮਹਾਂਪੁਰਸ਼ ਮੈਨੂੰ ਕੁਝ ਹੋਰ ਸੁੱਝਿਆ ਨਹੀਂ, ਮੈਨੂੰ ਲੱਗਾ ਕਿ ਮੇਰੀ ਕੁੱਲ ਦਾ ਦੀਪਕ ਅੱਜ ਬੁੱਝ ਜਾਣਾ, ਮੈਂ ਥੋੜ੍ਹੀ ਜਿਹੀ ਵੀ ਦੇਰ ਕਰਤੀ, ਇਸ ਕਰਕੇ ਮੈਂ ਭੱਜ ਆਇਆ। ਮਹਾਂਪੁਰਸ਼ ਕਹਿੰਦੇ, ਜੁੱਤੀ ਤਾਂ ਪਾ ਲਈ ਨਾ? ਕਹਿੰਦਾ, ਮੈਨੂੰ ਕੁਝ ਸੁੱਝਿਆ ਨਹੀਂ। ਉਹ ਮਹਾਂਪੁਰਸ਼ ਕਹਿੰਦੇ, ਬਸ ਇਸੇ ਤਰ੍ਹਾਂ
ਜਿੱਦਾਂ ਤੇਰੇ ਕੋਲ ਸਭ ਕੁਝ ਹੁੰਦਿਆਂ ਹੋਇਆ ਵੀ ਤੂੰ ਆਪ ਭੱਜਿਆ ਹੋਇਆ ਨਾ, ਇਸ ਤਰ੍ਹਾਂ ਜਦੋਂ ਭਗਤਾਂ 'ਤੇ ਭੀੜ ਪੈਂਦੀ ਹੈ ਨਾ, ਰੱਬ ਵੀ ਭੱਜਿਆ ਹੀ ਹੁੰਦਾ। ਜੋ ਜੋ ਤੁਮਰੇ ਭਗਤ ਦਿਖਾਏ ਉਹ ਤਤਕਾਲ ਤੁਮਾਰਾ, ਉਹ ਟਾਈਮ ਨਹੀਂ ਲਾਉਂਦਾ ਫਿਰ, ਉਹ ਭੱਜਿਆ ਹੀ ਹੁੰਦਾ ਆਪਣੇ ਭਗਤਾਂ ਦੀ ਮਦਦ ਕਰਨ ਵਾਸਤੇ। ਪਰ ਭਗਤ ਹੋਣਾ ਪਊਗਾ, ਗੱਲ ਨਹੀਂ ਅਸੀਂ ਚੰਗੀਆਂ ਚਾਰੀ ਬੁਰੀਆਂ ਵਾਲਾ ਕੰਮ ਨਹੀਂ, ਜੀਓ ਨਿਰਮਲ ਬਾਹਰੋਂ ਨਿਰਮਲ ਹੋਣਾ ਚਾਹੀਦਾ। ਉਹ ਭਗਤ ਦੀ ਰਾਖੀ ਭਗਵਾਨ ਕਰਦਾ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਿ ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟੇ ਮੋਹੇ। ਫਿਰ ਰੱਬ ਨੇ ਜੋ ਗੱਲ ਕੀਤੀ ਹੈ ਉਹਨੂੰ ਭਗਤ ਬਦਲ ਦਿੰਦਾ, ਭਗਤ ਦੀ ਕੀਤੀ ਹੋਈ ਰੱਬ ਨਹੀਂ ਬਦਲਦਾ। ਬੜੀਆਂ ਉਦਾਹਰਨਾਂ ਸਾਨੂੰ ਮਿਲ ਜਾਂਦੀਆਂ ਇਹਦੇ ਵਿੱਚ, ਜਿਹੜਾ ਭਗਤ ਹੋ ਜਾਵੇ ਦੂਸਰਾ ਨਹੀਂ। ਸੋ ਸ਼ੇਅਰ ਕਰ ਦਿਓ ਜੇ ਕਹਾਣੀ ਚੰਗੀ ਲੱਗੀ।